ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗਿਲਜ਼ ਮੈਂਟਰ ਦੇ ਅਫੀਸ਼ੀਅਲ ਈ-ਲਰਨਿੰਗ ਪਲੇਟਫਾਰਮ ਤੇ ਉਮੀਦ ਕਰ ਰਿਹਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ-ਠਾਕ ਹੋਵੋਗੇ ਮਿਹਨਤ ਕਰਦੇ ਰਹੋ ਔਰ ਹਮੇਸ਼ਾ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋਗੇ ਤਾਂ ਬਹੁਤ ਕੁਝ ਸਾਨੂੰ ਮਿਲੇਗਾ ਸੰਡੇ ਵਾਰਤਾ ਦੇ ਅੱਜ ਦੇ ਸੈਸ਼ਨ 'ਚ ਮੈਂ ਤੁਹਾਡੇ ਲਈ ਇੱਕ ਬਹੁਤ ਵੱਡੀ ਖਬਰ ਲੈ ਕੇ ਆਇਆ ਹਾਂ ਚੰਗੀ ਖਬਰ ਲੈ ਕੇ ਆਇਆ ਹਾਂ ਕਿ ਇੱਕ ਭਰਤੀ ਦੇ ਸਬੰਧ 'ਚ ਖਬਰ ਹੈ ਔਰ ਇਹ ਵੀ ਕੰਟਰੈਕਟ ਨਹੀਂ ਬਲਕਿ ਪਰਮਾਨੈਂਟ ਭਰਤੀ ਦੀ ਖਬਰ ਹੈ ਵਕਫ ਬੋਰਡ ਦੇ ਵਿੱਚ ਇੱਕ ਅਸਾਮੀਆਂ ਆਊਟ ਕੀਤੀਆਂ ਗਈਆਂ ਨੇ ਵੱਖਰ-ਵੱਖਰੀ ਅਸਾਮੀਆਂ ਆਊਟ ਨੇ ਲਗਭਗ 175 ਅਸਾਮੀਆਂ 175 ਪੋਸਟਾਂ ਦੇ ਆਸ-ਪਾਸ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਹੈ ਪੂਰੀ ਜਾਣਕਾਰੀ ਡਿਟੇਲ ਵਾਈਜ਼ ਤੁਹਾਨੂੰ ਸਾਂਝੀ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਪੋਸਟਾਂ ਹੈ ਫਾਰਮ ਕਿਦੋਂ ਭਰਿਆ ਜਾਏਗਾ ਫਾਰਮ ਕਿਵੇਂ ਭਰ ਸਕਦੇ ਹੋ ਡਿਟੇਲ ਵਾਈਜ਼ ਤੁਹਾਡੇ ਨਾਲ ਸਾਰੀ ਗੱਲਬਾਤ ਅਸੀਂ ਸਾਂਝੀ ਕਰਾਂਗੇ ਇੱਕ ਵੱਡਾ ਅਨਾਉਂਸਮੈਂਟ ਹੈ ਕਿ ਪੰਜਾਬ ਪਟਵਾਰੀ ਦੇ ਰਿਗਾਰਡਿੰਗ ਇੱਕ ਅੱਜ ਸੀ ਮੈਰਾਥਨ ਕਲਾਸ ਪੂਰੀ ਰਾਤ ਚੱਲੇਗੀ ਅੱਜ ਆਪਣੀ ਪੂਰੀ ਰਾਤ ਸਿਲਸਿਲਾ ਆਪਾਂ ਸ਼ੁਰੂ ਕਰ ਦਾਂਗੇ ਅੱਜ ਤਾਂ ਪਲੀਜ਼ ਸਾਰਿਆਂ ਨੇ ਤੁਹਾਨੂੰ ਮੈਂ ਸਾਰਿਆਂ ਨੂੰ ਇਨਵਾਈਟ ਕਰ ਰਿਹਾ ਹਾਂ ਤੇ ਪਲੀਜ਼ ਜ਼ਰੂਰ ਪਹੁੰਚਣਾ ਹੈ ਆਰਾਮ ਨਾਲ ਤੁਸੀਂ ਆਪਣਾ ਵਕਤ ਲਾ ਕੇ ਪੜ੍ਹ ਸਕਦੇ ਹੋ ਅچھے ਤਰੀਕੇ ਨਾਲ ਸਟੱਡੀ ਕਰ ਸਕਦੇ ਹੋ ਬਹੁਤ ਸਾਰੇ ਸਟੂਡੈਂਟਸ ਤਿਆਰੀ ਕਰ ਰਹੇ ਹੈ ਕਿਉਂਕਿ ਵੈਕੈਂਸੀਸ ਦਾ ਨੋਟੀਫਿਕੇਸ਼ਨ ਬਹੁਤ ਜਲਦੀ ਦੇਖਣ ਨੂੰ ਮਿਲੇਗਾ ਤੁਹਾਨੂੰ ਜਿਵੇਂ ਇਹ ਵੀ ਨੋਟੀਫਿਕੇਸ਼ਨ ਆ ਗਿਆ ਹੈ ਤੇ ਦੇ ਨਾਲ ਨਾਲ ਇੱਕ ਖਬਰ ਇਹ ਵੀ ਬਹੁਤ ਸਾਰੇ ਸਟੂਡੈਂਟਸ ਰੈਗੂਲਰਲੀ ਕਰ ਰਹੇ ਹੈ ਕਿ ਸਰ ਵਾਰਡ ਅਟੈਂਡ ਦੀ ਤਿਆਰੀ ਕਿਵੇਂ ਕਰੀਏ ਤਾਂ ਸਾਡੀ ਐਪ ਇੰਸਟਾਲ ਕਰੋ ਤੇ ਫਟਾਫਟ ਸਪੈਸ਼ਲ ਕੋਰਸ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਜਿਹਦੀ ਅਸੀਂ ਲਗਭਗ 3 ਆਫ ਸੈਪਟੈਂਬਰ ਤੋਂ ਕਲਾਸਿਸ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਵਕਫ ਬੋਰਡ ਵਿਖੇ ਆਊਟਪੋਸਟਾਂ ਆਊਟ ਕੀਤੀਆਂ ਗਈਆਂ ਨੇ ਤਾਂ ਇਹਦੀ ਜੋ ਅਫੀਸ਼ੀਅਲ ਵੈਬਸਾਈਟ ਹੈ ਫਾਰਮ ਭਰਨ ਦੀ ਤੁਹਾਨੂੰ ਮੈਂ ਜ਼ਿਕਰ ਦੱਸਣਾ ਚਾਹਾਂਗਾ ਦਾ wakaf.punjab.gov.in ਜਾਂ www.govments. thappar.edu مطلب ਇਹ ਕਨਫਰਮ ਹੈ ਕਿ ਥਾਪਰ ਯੂਨੀਵਰਸਿਟੀ ਦੇ ਦੁਆਰਾ ਇਹ ਪੋਸਟਾਂ ਕਵਰ ਕੀਤੀਆਂ ਜਾ ਰਹੀਆਂ ਹੈ। ਆਨਲਾਈਨ ਐਪਲੀਕੇਸ਼ਨ ਤੁਹਾਡੇ ਆਨਲਾਈਨ ਐਪਲੀਕੇਸ਼ਨ ਦੇ थ्रू ਹੀ ਤੁਸੀਂ ਆਪਣਾ ਫਾਰਮ ਭਰਨਾ ਹੈ। ਫਾਰਮ ਭਰਨ ਦੀ ਜੋ ਮਿਤੀ ਰੱਖੀ ਗਈ ਹੈ 31 ਅਗਸਤ ਤੋਂ ਲੈ ਕੇ 24 ਸਤੰਬਰ ਦਾ ਟਾਈਮ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਅਕਾਊਂਟਸ ਕਲਰਕ ਦੀਆਂ 6 ਪੋਸਟਾਂ ਨੇ ਤੇ ਇੱਥੇ ਤੁਹਾਨੂੰ ਇੱਕ ਚੀਜ਼ ਮੈਂ ਹੋਰ ਵੀ ਇਨਸ਼ੋਰ ਕਰਾਂਗਾ। ਕੋਈ 7ਵੇਂ ਪੇ ਕਮਿਸ਼ਨ ਦਾ ਜ਼ਿਕਰ ਨਹੀਂ ਹੈ ਜੋ ਐਜ਼ ਪਰ ਦਾ ਪ੍ਰੀਵੀਅਸ ਪੇ ਕਮਿਸ਼ਨ ਸੀ ਉਸੇ ਤੇ ਹੀ ਪ੍ਰਤੀਕਾਰਿਜ਼ਦਾਰੀ ਹੈ ਸੈਕਸ਼ਨ ਆਫੀਸਰ ਦੇ ਨਾਲ ਹੈ ਈ ਸਟੇਟ ਆਫੀਸਰ ਐਗਜ਼ੀਕਿਊਟਿਵ ਆਫੀਸਰ ਦੀਆਂ 10 ਪੋਸਟਾਂ ਨੇ ਰੈਂਟ ਕਲੈਕਟਰ ਅਸਿਸਟੈਂਟ ਕਲਰਕ ਇਹਦੀਆਂ ਟੋਟਲ 79 ਆਲਮੋਸਟ 80 ਅਸਾਮੀਆਂ ਕੱਢੀਆਂ ਗਈਆਂ ਨੇ ਲੀਗਲ ਸਪੋਰਟ ਅਸਿਸਟੈਂਟ ਦੀਆਂ 27 ਪੋਸਟਾਂ ਨੇ ਸੀਨੀਅਰ ਅਸਿਸਟੈਂਟ ਦੀਆਂ 17 ਪੋਸਟਾਂ ਨੇ ਔਰ ਪੀਓਆਂ ਦੀਆਂ 34 ਪੋਸਟਾਂ ਨੇ ਦੋਸਤੋ ਇਹ ਵੱਡੀ ਜਾਣਕਾਰੀ ਹੈ ਤੁਹਾਡੇ ਤੱਕ ਜਿੰਨੇ ਵੀ ਸੁਪਚੰਤਕ ਇੰਤਜ਼ਾਰ ਕਰ ਰਹੇ ਨੇ ਇਹਦੇ ਸੰਬੰਧ ਚ ਕੁਆਲਿਫੀਕੇਸ਼ਨ ਏਜ ਲਿਮਟ ਰਿਟਨ ਪੇਪਰ ਇਹਦਾ ਸਿਲੇਬਸ ਮੋਡ ਆਫ ਸਿਲੈਕਸ਼ਨ ਸਕਿੱਲ ਟੈਸਟ ਆਨਲਾਈਨ ਅਪਲੀਕੇਸ਼ਨ ਫਾਰਮ ਸਾਰੇ ਦੀ ਜਾਣਕਾਰੀ ਸਾਨੂੰ ਵੈਬਸਾਈਟ ਤੇ ਮਿਲ ਜਾਏਗੀ ਉਹਦੀ ਜਾਣਕਾਰੀ ਅਸੀਂ ਥੋੜੀ ਦੇਰ ਤੱਕ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਸਾਡੇ ਤੋਂ ਵੀ ਰੁਕਿਆ ਨਹੀਂ ਗਿਆ 31 ਅਗਸਤ ਤੋਂ ਆਪਣਾ ਰਜਿਸਟ੍ਰੇਸ਼ਨ ਸ਼ੁਰੂ ਕਰਨਾ ਵਾ 24 ਸਤੰਬਰ ਦਾ ਟਾਈਮ ਦਿੱਤਾ ਗਿਆ ਹੈ ਫੀਸ ਭਰਨ ਦਾ ਇੱਕ ਦਿਨ ਤੁਹਾਨੂੰ ਐਕਸਟਰਾ ਦਿੱਤਾ ਗਿਆ 25 ਸਤੰਬਰ ਤੱਕ ਤੁਸੀਂ ਭਰ ਸਕਦੇ ਹੋ ਇਹ ਤੁਹਾਡੇ ਤੱਕ ਵੱਡੀ ਜਾਣਕਾਰੀ ਸੀ ਤੁਸੀਂ ਥਾਪਰ ਯੂਨੀਵਰਸਿਟੀ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਫਾਰਮ ਭਰ ਸਕਦੇ ਹੋ ਔਰ ਇਵਨ ਕਿ ਤੁਸੀਂ ਆਪਣਾ ਫਾਰਮ ਇਹਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਪੜ ਸਕਦੇ ਹੋ ਤਾਂ ਪਲੀਜ਼ ਇਹ ਜਾਣਕਾਰੀ ਨੂੰ ਜ਼ਰੂਰ ਸ਼ੇਅਰ ਕਰਿਓ ਤੁਹਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਬੰਦੀਸ ਨਹੀਂ ਹੈ ਤੁਹਾਨੂੰ ਲੱਗਿਆ ਕਿ ਵਾਕਈ ਹੀ ਸਾਡੇ ਵਰਗੇ ਹਜ਼ਾਰਾਂ ਸਟੂਡੈਂਟਸ ਦੇ ਲਈ ਗੁੱਡ ਨਿਊਜ਼ ਹੈ ਤਾਂ ਪਲੀਜ਼ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਇਹਦੀ ਪੂਰੀ ਜਾਣਕਾਰੀ ਇਹਦਾ ਸਿਲੇਬਸ ਸਿਲੈਕਸ਼ਨ ਪ੍ਰੋਸੈਸ ਕੰਪਲੀਟ ਔਰ ਇਹਦੀ ਅਸੀਂ ਤੁਹਾਡੀ ਕੀ ਹੈਲਪ ਕਰਾਂਗੇ ਇਹ ਵੱਡਾ ਪ੍ਰੋਪਰ ਇੱਕ ਪੈਕੇਜ ਪ੍ਰੋਪਰ ਜਾਣਕਾਰੀ ਲੈ ਕੇ ਥੋੜੀ ਦੇਰ ਤੱਕ ਅਸੀਂ ਹਾਜ਼ਰ ਹੁੰਨੇ ਆ ਤਦ ਤੱਕ ਇਹਨੂੰ ਸ਼ੇਅਰ ਕਰ ਦਿਓ ਤੇ ਪੂਰਾ ਮਾਹੌਲ ਗਰਮ ਕਰ ਦਿਓ ਥੈਂਕ ਯੂ ਸੋ ਮੱਚ ਟੇਕ ਕੇਅਰ ਬਾਏ ਬਾਏ